हाँ जी हाँ जी हाँ जी, मैं कल भी चक्कर लगा सी मेरा, हाँ जी, लेकिन थोड़ा मुलाकात ही नहीं हो सकी। ठीक हो गया। हाँ चलो, इस तरह फिर मैं तेन दोबारा लाइन ते लैंदा, मैं तेरा खाना खा लवा। हाँ जी हाँ जी, ठीक हो गया, मैं पहुँचता तुहाडे कोल तकरीबन अद्धा घंटा लगना मैं। ओके जी, ओके ओके ओके, अल्लाह हाफिज। वेटर 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 की होया हैं? वेटर ओए मैं ही हां, नाले अदब ना बुलाईदा है। तुसी वेटर? हां की चाहिदा? मेन्यू ले आओ, मेन्यू। ओ चाहिदा की है बलो दस मेनू, को मेन्यू दिखाओ ना। मैं तन्नू मेन्यू देख ले, अल्लाह मेन्यू देख देख देख, इधरों भी देख, ठीक है हूं दस की चाहिए भाई, थोड़ा जा को दसो तो सही ना। ओ भाई की भाई जान, खाना की है मैं दसो, तुम मेरी जबान से यकीन करो। की है थोड़े को? सब कुछ है, तेनू की चाहिए यार? कुछ दस भी सही। ओ यार तू दस ते सही, कही दा की है तन्नू? यार मैनू भुख लगी, ओ ते घरों खा के आनी सी, भुख लगी है, मैनू दस चाहिए दा की है। अच्छा यार को मेन्यू तो दिखा, तेनू दिखाया नहीं मेन्यू, मैं मेन्यू ही और की है हैं, खाना की है मैनू दस, जो मर्जी ले आ यार। जे पहले कह फिर भाईन गल सुनना जरा, हुन मैं तेरी सुनी जावा, और मैनू कोई काम नहीं हैगा। भाईन ने चस्त ओ चुप कर जा, चस्त की गल है दस भाजी, गल ते कोई नहीं है। ओ गल केड़ी है यार, दस मैनू केड़ी गल है? पता की, एक चस्ट पीस ले आ दो ते एक नान ले आ दियो, रायता ले आ दियो, ਤੇ ਪਹਿਲੇ ਤਰ੍ਹਾਂ ਇੱਕ ਪਾਣੀ ਦਾ ਜੱਗ ਲਿਆ ਦੇ, ਪਾਣੀ ਦਾ ਜੱਗ ਲਿਆ ਦਿਓ ਤੇ ਜਲਦੀ ਆਉਣਾ ਤੇ ਜੇ ਮੈਂ ਲੇਟ ਆਇਆ ਤੇ ਫਿਰ ਕੀ ਕਰ ਲਏਗਾ ਤੂੰ ਦੱਸ ਮਲੋ? ਨਹੀਂ ਨਹੀਂ ਜਰਾ ਤੁਸੀਂ ਜਲਦੀ ਆਉਣਾ, ਮੈਨੂੰ ਪਿਆਸ ਲੱਗੀ। ਜਲਦੀ ਆ ਜਾਣਾ, ਨਜਾਇਜ਼ ਹੀ ਖਰੀਦੇ ਅੰਡੇ ਆ ਗਏ, ਕਿੱਥੇ ਫਸ ਗਿਆ ਮੈਂ, ਕਿੱਥੇ ਆ ਗਿਆ? ਇਹ ਸੋਡਲਾ ਤੇ ਚੰਗਾ ਭਲਾ ਮੈਂ ਨਾਂ ਸੁਣਿਆ ਸੀ ਵੀ ਦੀਕ ਬਾਬਸ਼ ਵਾਲੇ ਬੜੇ ਚੰਗੇ ਨੇ, ਆ ਇਹਨਾਂ ਨੇ ਡਾਕੂ ਕਿੱਥੋਂ ਭਰਤੀ ਕਰ ਲਏ? ਅੱਲਾ ਹੀ ਬਚਾਏ ਇਹਨਾਂ ਕੋਲੋਂ। ਓਏ ਹੋ, ਤੂੰ ਅੱਧਾ ਘੰਟੇ ਦਾ ਮੈਂ ਟਾਈਮ ਦੇ ਬੈਠਾ ਭਾਜੀ ਨੂੰ। दूसरा पानी ला के आराम होंगे भाजी, मैं टूटी का क्या काम कर रहा, टूटी का रिप्यूट खराब करनी है, ਸਾਡੀ ਵੈਲਿਊ ਖਰਾਬ ਕਰਨੀ ਆ, ਪਾਣੀ ਇਹੀ ਆ ਤੁਹਾਡੇ ਕੋਲ ਤੇ ਗਲਾਸ ਨਹੀਂ ਲਿਆਂਦਾ? ਓਏ ਉਹ ਤੂੰ ਗਲਾਸ ਤਾਂ ਕਿਹਾ ਹੀ ਨਹੀਂ ਮੈਨੂੰ, ਕਿਹਾ ਮੈਂ ਰੈਡੀਏਟਰ 'ਚ ਪਾਉਣਾ ਵਾ। ਵਾਹ ਵੀ ਵਾਹ, ਪਰ ਉਹ ਗੱਲ ਅੱਛੀ ਸੀ, ਨਹੀਂ ਤਾਂ ਮੈਂ ਤੇਰੇ ਸਿੱਟ ਦੇਣੀ ਸੀਗੀ। ਉਹ ਗਲਾਸ ਤੇ ਲਿਆ ਦੇ, ਗਲਾਸ ਤੇ ਲਿਆ ਦੇ। ਨਾਮ ਤਾਂ ਵੀ ਨਹੀਂ ਪਤਾ ਹੈਗਾ ਕਿਸੇ ਨੂੰ, ਬਾਹਰੋਂ ਨਿਕਲੇ ਯਾਰ, ਕਿੱਥੋਂ ਬਿਮਾਰੀ ਜੀ ਟੱਕਰ ਗਈ ਮੈਨੂੰ। ਚੰਗੇ ਭਲੇ ਇੱਥੇ ਮੁੰਡੇ ਰੱਖੇ ਸੀ, ਇਹਨਾਂ ਨੇ ਪਤਾ ਨਹੀਂ ਉਸਮਾਨ ਸਾਹਿਬ ਨੇ ਕੀ ਕਰ ਲਿਆ, ਇੱਥੇ ਸਟਾਫ ਹੀ ਬੇਹਦਾਇਤਾ ਰੱਖ ਲਿਆ। ਭਾਜੀ ਕੁਛ ਹੋਰ ਤਾਂ ਨਹੀਂ ਚਾਹੀਦਾ ਤੁਹਾਨੂੰ? ਭਾਜੀ ਕੁਛ ਚਾਹੀਦਾ ਹੋਵੇ ਨਹੀਂ, ਆਰਡਰ ਲਾਓ ਬਸ਼ੋ। ਥੈਂਕ ਯੂ ਭਾਜੀ, ਬੜੀ ਮਿਹਰਬਾਨੀ ਤੁਹਾਡੀ। ਹਾਂ ਹੁਣ ਤੇਰਾ ਕੋਈ ਮਸਲਾ ਮੁੱਕਿਆ ਕਿ ਨਹੀਂ? ਮੁੰਡੇ ਗਲਾਸ ਤੇ ਲਿਆ ਦੇ, ਉਂਝ ਨਹੀਂ ਪੀ ਹੁੰਦਾ, ਉਂਝ ਨਹੀਂ ਪੀਦਾ, ਅਸੀਂ ਤਾਂ ਪੀ ਜਾਂਦੇ ਸੀਗੇ, ਉਸ ਤੇ ਡੰਗਾ ਰਾਂ ਕੀ ਗਿਆ ਬੋਲੋ ਭਾਜੀ? ਤੁਹਾਡੀ ਮਿਹਰਬਾਨੀ, ਮੈਂ ਜਾਣਾ ਮਤਲਬ ਲਿਆ ਦਿਓ ਗਲਾਸ। ਜਾਣਾ ਵਾ ਤੇ ਪਹਿਲੇ ਉੱਥੋਂ ਆਇਆ, ਤੋਂ ਬਾਅਦ ਚੋਂ ਖਾ ਲਈ। ਓਏ ਮੈਨੂੰ ਭੁੱਖ ਵੀ ਲੱਗੀ ਆ, ਲੱਗੀ ਆ ਤੇ ਜਾ ਕੇ ਬੁੱਢੀ ਦੀ ਜਾਨ ਨੂੰ ਰੋਜ਼ ਜਿਹੜੀ ਭੁੱਖਾ ਭੇਜ ਦਿੰਦੀ ਆ। ਓਏ ਮੈਨੂੰ ਗਲਾਸ ਲਿਆ ਦੇ, ਮੈਂ ਪਾਣੀ ਪੀਣਾ। ਤੇ ਪਾਣੀ ਪੀਦਾ ਹੀ ਇਹ, ਹੋਰ ਅੱਲਾ ਆਰਾਮ ਕਰੇ, ਪਾਣੀ ਨਾਲ ਕੀ ਕਰੀਦਾ, ਤਰੋਂਕਣਾ ਵਾ ਪੀਣ ਵਾਲਾ ਹੀ ਆ। ਗਲਾਸ ਤੇ ਬੋਲੋ ਮਾਲਕਾ, ਇੱਥੋਂ ਤਾਂ ਮੇਰੀ ਕਿਤੇ ਜਾਨ ਛੁਡਾ ਦੇ ਕਿਤੇ। ਓਏ ਆ ਜਾ ਹੁਣ, ਕੀ ਗੱਲ, ਮੈਨੂੰ ਦੋ ਮਹੀਨੇ ਹੋ ਗਏ ਆ। ਆਜੋ ਭਾਈ ਜਾਨ, ਇੱਕ ਪਲੇਟ ਜਲਫਰੀ ਜੀ ਲਿਆ ਦਿਓ। ਓਏ ਉਹ ਕਿੰਨੇ ਖਾਣੀ ਪੁੱਤਰ? ਭਾਈ ਜੀ ਮੈਂ ਉਹ ਕਿੰਨੇ ਖਾਣੀ ਓ? ਅੱਛਾ ਕੋਰਮੇ ਦੀ ਇੱਕ ਪਲੇਟ ਲੈ ਆਓ। ਉਹ ਜਾ ਮੂੰਹ ਤੇਰਾ ਚੰਨਾ ਖਾਣ ਲਵਾ, ਕੋਰਮੇ ਦੀ ਪਲੇਟ। ਚਲੋ ਕੀਮਾ ਲਿਆ ਦਿਓ ਇੱਕ ਪਲੇਟ। ਓ ਜੋ ਹੋਇਆ ਸਬਰ ਸ਼ੁਕਰ ਕਰਕੇ ਖਾਇਆ ਕਰੋ, ਏ ਕੋਰਮੇ ਦੀ ਪਲੇਟ ਲੈਣੀ ਤੂੰ? ਪਤਾ ਜਲਦੀ ਆਈ, ਹੁਣ ਇੱਥੋਂ ਮੈਂ ਰਕਸ਼ਾ ਕਰਾ ਕੇ ਚਲੇ ਜਾਵਾਂ, ਆ ਤੇ ਜਾਣਾ ਵਾ, ਕਿੰਨੀ ਕੁ ਦੇਰ ਲੱਗਣੀ ਆ? ਭਾਈ ਜਾਨ ਜਲਦੀ ਆ ਜਾਣਾ, ਜਲਦੀ ਆ ਜਾਣਾ।
ਫਸ ਗਿਆ ਮੈਂ ਤੇ ਅੱਜ ਆ ਕੇ ਇੱਥੇ ਬੜਾ ਨਾਂ ਸੁਣਿਆ ਸੀ ਆ ਉਤੋਂ ਇਹਨਾਂ ਨੇ ਕੀ ਭਰਤੀ ਕਰ ਲਏ ਆ ਸਮਝੋ ਹੀ ਬਾਹਰ ਜੋ ਆਟੋਮੈਟਿਕ ਲੇਬਰ ਪਾ ਲਈ ਇਹਨਾਂ ਨੇ ਇਹਨਾਂ ਨੂੰ ਚਾਹੀਦਾ ਪੜ੍ਹੇ ਲਿਖੇ ਮੁੰਡੇ ਲਿਆਉਣ ਕੁਝ ਇਹਨਾਂ ਨੂੰ ਕਸਟਮਰ ਨਾਲ ਗੱਲ ਕਰਨ ਦਾ ਵੀ ਪਤਾ ਹੋਵੇ ਪਤਾ ਨਹੀਂ ਕਿੱਥੋਂ ਚੁੱਕ ਲਿਆਉਂਦੇ ਇਹਨਾਂ ਨੇ ਸਾਨੂੰ ਹੀ ਡਰਾਈ ਜਾਂਦੇ ਆ ਮਾਲਕਾ ਮੇਰੀ ਅੱਜ ਰੋਟੀ ਤੇ ਮੈਨੂੰ ਨੀ ਪਤਾ ਰੋਟੀਆਂ ਲਿਆਣੀਆਂ ਵਾ ਮੈਨੂੰ ਵੀ ਪਤਾ ਹੀ ਆ ਰੋਟੀਆਂ ਆਣੀਆਂ ਤੇ ਖਾਣੀ ਆ ਤੂੰ ਤੇ ਜਰਾ ਜਲਦੀ ਆ ਜਾਓ ਉਹ ਜਲਦੀ ਕੀ ਆ ਜਾਓ ਤੂੰ ਆਪ ਚਲਾ ਜਾ ਮੈਂ ਇੱਥੇ ਬਹਿ ਜਾਂਦਾ ਉਹ ਅਗਲੇ ਦੇਰ ਲਾਉਂਦੇ ਆ ਤੁਸੀਂ ਪਿਛਲਿਆਂ ਕੋਲ ਲਾਇਓ ਭਾਜੀ ਪਿਛਲਿਆਂ ਕੋਲ ਲਾਇਓ ਜਲਦੀ ਆਇਓ ਜਰਾ ਉਹ ਤੈਨੂੰ ਆ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਬੋਲੋ ਰੋਟੀਆਂ ਕਿੰਨੀਆਂ ਲਿਆਣੀਆਂ ਭਾਜੀ ਤਿੰਨ ਲਿਆਓ ਤੇ ਤੇਰੇ ਕੋਲ ਨਾ ਖਾਧੀ ਕੀ ਫਿਰ ਕੌਣ ਜ਼ਿੰਮੇਦਾਰ ਦਇਆ ਕਰਨੀ ਮੈਂ ਬਿੱਲ ਦੇਣਾ ਵਾ ਓਏ ਬਿੱਲ ਤੂੰ ਨਾ ਵੀ ਦਵੇਂ ਸਾਨੂੰ ਲੈਣਾ ਹੁੰਦਾ ਵਾ ਭਾਜੀ ਲੜਨ ਕੱਲ ਹੀ ਡੇ ਮੈਂ ਵਿਆਹ ਦਾ ਬਿੱਲ ਲਿਆ ਰੋਟੀਆਂ ਵੀ ਬੰਦੋ ਉਹ ਜਲਦੀ ਕਰ ਕਾਕਾ ਜਲਦੀ ਕਰ ਮੇਰਾ ਪੁੱਤਰ ਯਾਰ ਸਾਲਣ ਤੇ ਮੈਨੂੰ ਜੀਵ ਜਾਨ ਨੂੰ ਰੋਣ ਦੇ ਆ ਪਰ ਲੂਣ ਘੱਟ ਆ ਕੜ ਦਰਾ ਇੱਕ ਹੋਰ ਮਿਰਚਾਂ ਤੇਜ਼ ਆ ਲੂਣ ਘੱਟ ਆ ਆ ਲੈਂਦੇ ਇਹਨੂੰ ਜਿੱਦਾਂ ਮੈਂ ਕਰਦਾ ਲਾਜ ਫੜ ਦੇ ਜਿੱਦਾਂ ਦੀ ਵੀ ਕੱਚੀ ਪੱਕੀ ਹਾਲਾ ਫੜ ਵੀ ਬੱਲੋ ਰੋਟੀ ਅੱਛਾ ਮੈਨੂੰ ਇਹ ਦੱਸ ਇੱਕ ਸੈਕਿੰਡ ਪਹਿਲੇ ਗੱਲ ਸੁਣ ਲਿਆ ਤਿੰਨ ਪੂਰੀਆਂ ਹੀ ਗਿਣਨੀ ਇੱਕ ਦੋ ਤਿੰਨ ਬਾਅਦ ਚੋਂ ਤੇਰੇ ਵਰਗੇ ਕਹਿ ਵੀ ਦਿੰਦੇ ਘੱਟ ਆ ਤੇ ਤਿੰਨ ਹੁਣ ਤੂੰ ਖਾਣੀ ਹੈ ਮੈਂ ਤੈਨੂੰ ਕਹਿਣ ਡਿਆ ਜੀ ਇਸ ਤੋਂ ਇਲਾਵਾ ਕੋਈ ਚਾਹੀਦੇ ਤੇ ਹੁਣੀ ਦੱਸ ਦੇ ਮੈਂ ਤੈਨੂੰ ਕਹਿਣ ਡਿਆ ਜੀ ਤੇ ਤੋਂ ਦੂਰੀ ਚਾਹੀਦੀ ਆ ਥੋੜਾ ਉੱਥੇ ਖਲੋ ਜਾ ਕੇ ਮੈਨੂੰ ਤੇਰੇ ਤੋਂ ਖੌਫ ਆਈ ਜਾਂਦਾ ਹੈ ਤੈਨੂੰ ਬੇਟਾ ਤੈਨੂੰ ਕਿਹੜੀ ਸ਼ਾਇਰ ਨਹੀਂ ਟਿਕਣ ਦਿੰਦੀ ਬੋਲੋ ਵਿੱਚ ਲੂਣ ਘੱਟ ਆ ਲੂਣ ਵੀ ਦੇ ਮੈਂ ਕਹਿਣ ਡਿਆ ਸਹੀ ਆ ਹੈਲੋ ਬੋਲੋ ਲੂਣ ਸਹੀ ਸੀਗਾ ਜਿਹੜੇ ਸਰ ਉਹ ਕਹਿਣ ਡਿਆ ਓਕੇ ਉਹ ਝੂਠ ਬੋਲਣ ਡਿਆ ਵਾ ਉਹ ਇਹਦੇ ਚ ਘੱਟ ਆ ਉਹ ਇਹਦੇ ਚ ਘੱਟ ਵਾ ਦਾਦਰਾ ਲੂਣ ਘੱਟ ਆ ਜੇ ਲੂਣ ਸਹੀ ਹੋਇਆ ਤਾਂ ਕੌਣ ਜ਼ਿੰਮੇਦਾਰ ਆ ਦੱਸ ਬੱਚੂ ਤੇਰੀ ਕੀ ਸਜ਼ਾ ਵਾ ਜੇ ਲੂਣ ਸਹੀ ਹੋਇਆ ਹਾਂ ਦੱਸ ਇਹਦਾ ਮੈਨੂੰ ਪਤਾ ਨਹੀਂ ਲੱਗਾ ਜੀ ਤੇ ਤੂੰ ਇੰਜ ਕਰ ਮੈਂ ਤੈਨੂੰ ਕਿਤੇ ਪਾਣੀ ਪੂਣੀ ਮੈਂ ਲਿਆ ਦਿੰਦਾ ਇੱਥੇ ਬਹਿ ਕੇ ਤੂੰ ਖਾ ਲਾ ਚੁੱਪ ਕਰ ਜਾ ਬੰਦੋ ਤੂੰ ਸੁੱਤਾ ਲੱਗ ਗਿਆ ਕੋਈ ਹਾਂ ਲੱਗਾ ਪਤਾ ਸਹੀ ਆ ਲੂਣ ਕਿਉਂ ਕਰ ਰਿਹਾ ਖਾ ਮੈਨੂੰ ਕਹਿਣ ਨਹੀਂ ਯਾਰ ਅੱਲਾ ਹੀ ਮਾਫੀ ਆ ਅੱਛਾ ਮਾਲਕਾ ਹੁਣ ਖਾਣ ਨਹੀਂ ਡਿਆ ਬੋਲੋ ਇਹ ਹੋਰ ਮੈਂ ਕਿੱਦਾਂ ਖਾਵਾਂ ਕਿੱਦਾਂ ਖਾਵਾਂ ਇਹ ਤਾਂ ਪਹਿਲੇ ਤੋੜੀ ਦੀ ਆ ਬਿਸਮਿਲਾ ਪੜ੍ਹ ਕੇ ਇਹ ਤਾਂ ਹੀ ਖਾਈ ਦੀ ਆ ਸਾਰੀ ਦੁਨੀਆ ਨਹੀਂ ਖਾਂਦੀ ਆ ਪਹਿਲਾਂ ਪੜ ਬੋਲੋ ਬਿੱਲ ਪਹਿਲੇ ਬਿੱਲ ਦੇ ਦੇ ਤੇ ਰੋਟੀ ਨਾਲ ਲੈ ਜਾ ਕਿਉਂਕਿ ਇੱਥੇ ਟੇਬਲ ਦਾ ਟਾਈਮ ਮੁੱਕ ਗਿਆ ਮੈਨੂੰ ਰੋਟੀ ਦੇ ਖਾ ਲੈਂਦੇ ਹਾਲੇ ਪਹਿਲੇ ਬਿੱਲ ਤੇ ਦੇ ਦੇ ਰੋਟੀ ਬਾਅਦ ਚੋਂ ਖਾਂਦਾ ਰਹੀ ਪਰ ਮੈਨੂੰ ਰੋਟੀ ਦੇ ਖਾ ਲੈਂਦੇ ਤੂੰ ਪਹਿਲੇ ਬਿੱਲ ਦੇ ਦੇ ਫਿਰ ਰੋਟੀ ਖਾਂਦਾ ਰਹੀ ਚੁੱਪ ਕਰਕੇ ਟਿਪ ਮੇਰੀ ਲੈ ਦਾ ਦੀ ਕਿੰਨਾ ਬਿੱਲ ਆ ਪੜ ਦਾ ਅੰਨਾ ਆ ਤੂੰ ਪੜ ਪਰ ਬੜਾ ਬਦਤਮੀਜ਼ ਇਨਸਾਨ ਬਦਤਮੀਜ਼ ਕੀ ਮੈਂ ਤੇਰੇ ਖੁਨੇ ਖੋਲਦੇ ਆ ਭਾਈ ਤੁਹਾਨੂੰ ਨਹੀਂ ਕਹਿ ਰਿਹਾ ਮੈਂ ਕਿਉਂ ਪਿੱਛੇ ਲੜ ਪੜ ਦਰਾ ਓਏ 3150 ਰੁਪਏ ਬਣ ਗਿਆ ਬੱਲੋ ਜਿਹੜੇ ਮੇਰੇ ਚੱਕਰ ਪਏ ਨੇ ਜਿਹੜੇ ਤੂੰ ਕਹਿੰਦਾ ਸੀ ਜਲਦੀ ਆ ਜਲਦੀ ਆ ਉਹਨਾਂ ਦੇ ਨਹੀਂ ਪਾਏ ਓਏ ਮੈਂ ਤਿੰਨ ਰੋਟੀਆਂ ਇੱਕ ਚਣੇ ਦੀ ਪਲੇਟ ਆ ਤੂੰ 3150 ਕਿੱਦਾਂ ਬਣਾ ਤੇ ਬਾਕੀ ਜਿਹੜੀ ਮੇਰੀ ਟਿਪ ਬਣੀ ਉਹ ਲੈਦਾ ਦੇਣੇ ਮੈਨੂੰ ਤੂੰ ਉਹ ਟਿਪ ਤੇਰੀ 20 ਨਹੀਂ 30 ਰੁਪਏ ਬਣ ਜਾਊ ਓਏ 20 30 ਵਾਲੇ ਸੀ ਤੈਨੂੰ 20 30 ਵਾਲੇ ਲੱਗਦੇ ਆ ਬੱਲੋ ਮੈਂ ਤੇਰੀ ਸ਼ਿਕਾਇਤ ਲਾਉਣਾ ਮਾਲਕ ਸਾਹਿਬ ਜਾ ਜਿਹਨੂੰ ਮਰਜ਼ੀ ਦੱਸ ਜਾ ਕੇ ਮੈਂ ਤੇਰੇ ਮਾਲਕ ਨੂੰ ਦੱਸਣਾ ਵਾ ਕੁਝ ਮੇਰਾ ਵਿਗਾੜੀ ਹੁਣ ਇੱਥੇ ਹੀ ਰਹੀ ਇੱਥੇ ਕਿਉਂ ਮੈਂ ਤੇਰੇ ਨਾਲ ਜਾਣਾ ਕਿਤੇ ਤੂੰ ਦੋ ਕੋਲੋਂ ਵੀ ਨਾ ਲਾ ਲਈ ਚੱਲ ਚੱਲ ਦੇ ਨਾ ਹੈਲੋ ਹਾਂਜੀ ਇੱਕ ਮਲਾਈ ਬੋਟੀ 6 ਰੋਟੀਆਂ HD ਰਾਇਤਾ ਸਲਾਦ ਕਰਨਾ ਜੀ ਓਕੇ ਜੀ 6 ਰੋਟੀਆਂ ਨਾਲ ਰਾਇਤਾ ਸਲਾਦ ਭਾਜੀ ਪਹੁੰਚਿਆ ਲੋ 1 ਘੰਟੇ ਤੱਕ ਤੁਹਾਡੇ ਕੋਲ ਭਾਜੀ ਜਿਹੜਾ ਟਾਈਮ ਦਿੱਤਾ ਉਹ ਤੋਂ ਪਹਿਲੇ ਪਹਿਲੇ ਪਹੁੰਚ ਜਾਏ ਗੱਲਾਂ ਕਰਕੇ ਤੇ
ਬੇਫਿਕਰ ਹੋ ਜਾ ਭਾਜੀ, ਪਹੁੰਚ ਜਾਏਗਾ ਜਿਹੜਾ ਕੰਮ ਕਹਿਤਾ ਤੁਹਾਨੂੰ, ਜਿਹੜਾ ਹੋ ਗਿਆ ਸਮਝੋ। ਚੱਲ ਚੱਲ ਸਿਰ ਪੜਵਾਣਾ ਹੀ ਮੇਰਾ, ਹੁਣ ਤੂੰ ਸਿਰ ਪੜਵਾਈ, ਵੇਖਾਂਗਾ ਮੈਂ ਜਿਹੜਾ ਕਿਹੜਾ ਸਿਰ ਪਾੜਦਾ। ਹੁਣ ਇਲਾਜ ਹੁੰਦਾ, ਤੂੰ ਕਰ ਇਲਾਜ। ਅਸਲਾਮ ਅਲੈਕੁਮ ਭਾਈ ਜਾਨ। ਵਾਲੇਕੁਮ ਸਲਾਮ ਭਾਈ ਜਾਨ, ਤੁਸੀਂ ਮਾਲਕ ਹੋ? ਨਹੀਂ, ਕੰਡਕਟਰ ਆ। ਤੈਨੂੰ ਨਜ਼ਰ ਨਹੀਂ ਆਉਣ ਡਿਆ ਜਿਹੜਾ ਕੁਰਸੀ ਤੇ ਬੈਠਾ ਹੋਵੇ ਮਾਲਕ ਹੁੰਦਾ? ਤੈਨੂੰ ਮੈਂ ਨਸ਼ਈ ਲੱਗਣਾ ਕੀ ਲੱਗਣ ਡਿਆ? ਤੈਨੂੰ ਮੈਂ ਮਸਤ ਵਾਂ, ਮਾਲਕ ਨਹੀਂ ਲੱਗਦਾ ਤੈਨੂੰ ਮੈਂ? ਭਾਈ ਜਾਨ, ਤੁਸੀਂ ਮਾਲਕ ਲੱਗਦੇ, ਇੱਕ ਜ਼ਰਾ ਗੱਲ ਗੌਰ ਨਾਲ ਸੁਣਨੀ। ਗੌਰ ਨਾਲ ਕੀ ਮੁੱਦਾ ਹੱਤੇ? ਮੈਂ ਕਿੰਨਾ ਗੌਰ ਨਾਲ ਐਡਾ ਹੋ ਜਾਵਾਂ? ਦੱਸ ਤੇਰੇ ਕਹਿਣ ਦਾ ਮਤਲਬ ਬੋਲਾ ਵਾ, ਗੌਰ ਨਾਲ ਨਹੀਂ ਸੁਣਦਾ ਗੱਲ? ਗੌਰ ਨਾਲ ਗੱਲ ਸੁਣੀ ਮਤਲਬ ਤੂੰ ਕਿਤਾਬ ਕਰਨ ਲੱਗਾ ਮੇਰੇ ਨਾਲ? ਅੱਛਾ ਭਾਈ ਜਾਨ, ਇੱਕ ਛੋਟਾ ਜਿਹਾ ਮਸਲਾ। ਉਹ ਮਸਲਾ ਛੋਟਾ ਹੋਵੇ ਵੱਡਾ ਹੋਵੇ ਮਸਲਾ ਮਸਲਾ ਹੀ ਹੁੰਦਾ ਵਾ। ਤੇਰਾ ਮੈਂ ਕਰਾਉਣਾ ਇਲਾਜ, ਮੈਂ ਤੂੰ ਕਰਾ ਇਲਾਜ। ਓਏ ਇਲਾਜ ਕੀ ਕਰਾਉਣਾ, ਉਹਦੇ ਹਰਨੀਆਂ ਵਾ, ਕੀ ਇਲਾਜ ਕਰਾਉਣਾ ਤੂੰ ਦੱਸ? ਇਹਨੂੰ ਬੋਲਣ ਦੀ ਨਹੀਂ ਤਮੀਜ਼ ਹੈ, ਇੰਜ ਬੋਲੀ ਦਾ ਇਲਾਜ ਕਰਾ। ਓਏ ਇੱਕ ਮਿੰਟ, ਮੈਨੂੰ ਸੁਣਨ ਦੇ, ਕਹਿੰਦਾ ਕੀ ਏ ਭਾਈ ਜਾਨ? ਇਹ ਵੇਟਰ ਆ ਤੁਹਾਡਾ? ਬਸ ਇਹ ਮਸਲਾ ਵਾ, ਸਾਡਾ ਹੀ ਆ, ਅਸੀਂ ਅੰਨੇ ਆ, ਸਾਨੂੰ ਨਹੀਂ ਪਤਾ। ਤੂੰ ਦੱਸ ਭਾਈ। ਤੇ ਮੈਂ ਦੱਸਦਾ, ਇਹਨੇ ਕੀਤੀ ਮੇਰੇ ਨਾਲ ਬਦਤਮੀਜ਼ੀ। ਕੀ ਤੇਰੇ ਬੰਬ ਮਾਰਤਾ ਉਹਨੇ? ਇਹ ਥਾਣਾ ਵਾ, ਸਾਨੂੰ ਬਣਵਾ ਦੇ, ਹੈ ਅਸੀਂ ਫੜੇ ਜਾਈਏ, ਸਾਨੂੰ ਡਾਲਾ ਚੁੱਕ ਕੇ ਲੈ ਜਾਵੇ, ਜਾ ਚੱਲ ਜਾ ਬਸ। ਅੱਛਾ ਭਾਈ ਜਾਨ, ਮੈਂ ਤੁਹਾਨੂੰ ਗੱਲ ਦੱਸਦਾ, ਇਹ ਮੈਂ ਉੱਥੇ ਬੈਠਾ ਟੇਬਲ ਤੇ, ਮੈਨੂੰ ਕਿਹਾ ਮੈਂ ਕਿਹਾ ਟੇਬਲ ਸਾਫ਼ ਕਰ ਦੇ। ਅੱਛਾ, ਟੇਬਲ ਨਹੀਂ ਸਾਫ਼ ਕੀਤਾ, ਉਸ ਕੱਪੜੇ ਨਾਲ ਆਪਣੀ ਜੁੱਤੀ ਸਾਫ਼ ਕਰਨ ਲੱਗ ਗਿਆ। ਤੇ ਹੋਰ ਕੀ ਕਰੇ, ਕੱਪੜੇ ਨਾਲ ਕੀ ਕਰੀਦਾ ਮੰਦਾ ਦੇ, ਜਿਹਨੇ ਆਪਣੀ ਜੁੱਤੀ ਸਾਫ਼ ਕਰ ਲਈ, ਤੈਨੂੰ ਇਹਦੇ 'ਚ ਕੀ ਅਰਜਾ ਮੈਨੂੰ ਦੱਸ? ਹਰਜ ਮੈਂ ਦੱਸਦਾ, ਮੈਨੂੰ ਕਿਹਾ ਟੇਬਲ ਸਾਫ਼ ਕਰ ਦੇ, ਟੇਬਲ ਗੰਦਾ ਸੀ, ਉੱਤੇ ਮਿੱਟੀ ਲੱਗੀ ਸੀ, ਇਹ ਝਾੜਨ ਲੱਗ ਪਿਆ ਕੱਪੜੇ ਨਾਲ, ਸਾਰੀ ਮਿੱਟੀ ਇਹਨੇ ਮੇਰੇ 'ਤੇ ਪਾ ਦਿੱਤੀ। ਤੇ ਤੂੰ ਮੇਰਾ ਭਾਈ ਲੈਮੀਨੇਸ਼ਨ ਕਰਵਾ ਲਾ ਨਾ, ਤੇਰੇ 'ਤੇ ਉਹਨੇ ਟਰਾਲੀ ਲਾ ਦਿੱਤੀ ਆ, ਮੈਨੂੰ ਦੱਸ ਦੇ ਵੀ ਤੇਰੇ ਸ਼ੀਸ਼ੇ ਗੰਦੇ ਹੋ ਗਏ ਆ। ਐਂਡ ਮਿੱਟੀ 'ਚ ਜਾਣਾ ਮੈਂ, ਬਸ ਮਿੱਟੀ 'ਚ ਜਾਣਾ। ਤੇ ਤੂੰ ਚੱਲ ਜਾ, ਤੈਨੂੰ ਸੰਗਣ ਲੱਗਾ। ਓਏ ਤੂੰ ਕਿਹਨੂੰ ਕਹਿੰਦੇ ਆ ਭਾਜੀ? ਕਹਿ ਓਏ ਭਾਜੀ, ਇਹਨੂੰ ਭਾਜੀ ਕਵਾਂ? ਇਹ ਹੋਰ ਕਿਹਨੂੰ ਕਹਿਣਾ ਵਾ? ਓਏ ਇਹਨੂੰ ਤੂੰ ਪੁੱਠਾ ਕਰਨਾ ਤਦ ਵੀ ਨਹੀਂ ਭਾਜੀ ਲੱਗਦਾ। ਓਏ ਕੱਢੋ ਪਿਸਤੌਲ, ਮਾਰ ਖਿਆਰੇ ਨੂੰ। ਇੱਕ ਮਿੰਟ ਭਾਈ ਜਾਨ, ਇੱਕ ਮਿੰਟ ਭਾਈ ਜਾਨ, ਕਿਉਂ ਐਵੇਂ ਜਿੱਦ ਤੁਸੀਂ ਗੁੱਸੇ 'ਚ? ਅੱਛਾ ਅਗਲੀ ਗੱਲ ਸੁਣ ਲਓ ਜੀ, ਮੈਨੂੰ ਕਿਹਾ ਮੈਨੂੰ ਪਾਣੀ ਲਿਆ ਦੇ। ਅੱਛਾ, ਪਾਣੀ ਲੈ ਗਿਆ ਤੇ ਮੈਨੂੰ ਕਿਹਾ ਗਲਾਸ ਨਹੀਂ ਲੈ ਕੇ ਆਇਆ, ਕਹਿੰਦਾ ਤੂੰ ਮੈਨੂੰ ਇਕੱਲੇ ਪਾਣੀ ਦਾ ਗਿਆ ਸੀ। ਜੇ ਸਹੀ ਕਹਿਣ ਦਿਆ ਵਾ, ਤੂੰ ਪਾਣੀ ਮਤਲਬ ਇੰਨਾ ਮੰਗਾਈ ਜਾਣ, ਮਿਰਗੀ ਪੈਂਦੀ ਤੈਨੂੰ, ਦੱਸ ਦੇ ਤੂੰ ਮੱਛਲੀਆਂ ਰੱਖਣੀਆਂ ਵਾ, ਇੰਨਾ ਪਾਣੀ ਕੀ ਕਰਨਾ ਤੂੰ? ਫਿਰ ਮੈਂ ਉਹਨੂੰ ਕਿਹਾ ਕਿ ਇੱਕ ਪਲੇਟ ਜਲ ਫਰੀਜੀ ਲੈ ਆ। ਅੱਛਾ, ਇੱਕ ਪਲੇਟ ਚਣਿਆਂ ਦੀ ਲੈ ਆ। ਉਹ ਜੋ ਹੈ ਉਹੀ ਦਿੱਤਾ ਉਹਨੇ ਤੈਨੂੰ, ਨਾ ਤੇਰੇ ਨਾਲ ਕੀਤੀ, ਤੈਨੂੰ ਖਵਾਈ ਜਿਹੜੀ ਸ਼ੈ ਸੀਗੀ। ਓਏ ਪੈਨਸਲ ਫੜਾ, ਓਏ ਪੈਨਸਲ ਫੜਾ, ਓਏ ਤੈਨੂੰ ਕੀ ਆ? ਮੈਨੂੰ ਕੀ ਆ ਦੱਸਾਂ ਭਾਜੀ, ਕਿੱਥੇ ਪੈਨਸਲ ਡਿੱਗੀ ਆ? ਕਦੇ ਪਈ? ਅੱਛਾ ਜੀ, ਕਿੱਥੋਂ ਆ ਜਾਂਦੇ ਆ? ਲਓ ਭਾਈ ਜਾਨ, ਆ ਲੋਕ ਨਾਲਾ ਪਾਉਣਾ ਇਹਨਾਂ ਤੁਸੀਂ, ਤੇ ਮਾਰੋ ਫੈਰ ਇਹਦੇ। ਅੱਛਾ ਇੱਕ ਮਿੰਟ, ਕੋਈ ਨਹੀਂ ਭਾਈ ਜਾਨ। ਅੱਛਾ ਫੇਰ ਸੁਣ ਲਓ ਅਗਲੀ ਗੱਲ ਜੀ, ਮੈਂ ਮੁੜ ਕੇ ਕਿਹਾ, ਮੈਂ ਕਿਹਾ ਰੋਟੀਆਂ ਲੈ ਗਿਆ ਤੇ ਮੇਰੇ ਗਲ ਪੈ ਗਿਆ, ਕਹਿੰਦਾ ਮੈਂ ਇੰਨਾ ਮੈਂ ਬੋਲਾ, ਮੈਂ ਬੇਅਕਲਾ, ਮੈਨੂੰ ਨਹੀਂ ਪਤਾ ਵੀ ਰੋਟੀਆਂ ਵੀ ਆਉਣੀਆਂ ਨਾਲ। ਉਹ ਸਹੀ ਕਹਿਣ ਡਿਆ ਵਾ, ਉਹ ਇੱਥੇ ਦਾ ਸੀਨੀਅਰ ਵੇਟਰ ਆ, ਉਹਨੂੰ ਨਹੀਂ ਪਤਾ ਹੈਡ ਹੈਗਾ ਵਾ ਇੱਥੇ ਦਾ। ਉਹ ਰੋਟੀਆਂ ਲਿਆ ਕੇ ਨਹੀਂ ਦਿੱਤੀਆਂ ਤੈਨੂੰ? ਤੇ ਭਾਜੀ ਮੈਂ ਕਿਤੇ ਪਾਗਲ ਖਾਨੇ ਆ ਗਿਆ ਯਾਰ, ਜਿਹੜੀ ਸ਼ਾਇਦ ਤੈਨੂੰ ਕਹੀ ਆ ਤੈਨੂੰ ਨਹੀਂ ਮਿਲੀ। ਪਰ ਮੈਂ ਇਹਨੂੰ ਕਿਹਾ ਜਲ ਫਰਿਜ ਲਿਆ ਕੇ, ਉਹ ਹੈ ਨਹੀਂ। ਮੈਂ ਕਿਹਾ ਕੋਰਮਾ ਲਿਆ, ਉਹ ਹੈ ਨਹੀਂ। ਮੈਂ ਕਿਹਾ ਕੀਮੇ ਦੀ ਪਲੇਟ ਲਿਆ, ਉਹ ਵੀ ਹੈ ਨਹੀਂ। ਆਪਣੀ ਪਸੰਦ ਦੀ ਸ਼ੈ ਖੜਾਤੀ, ਉਹ ਸਾਰਾ ਕੁਝ ਲੈ ਆਈ, ਉਹ ਮਤਲਬ ਸਾਰਾ ਕੁਝ ਲੈ ਆਈ। ਅੱਛਾ ਭਾਜੀ ਇੱਕ ਗੱਲ ਹੋਰ, ਮੈਂ ਇਹਨੂੰ ਕਿਹਾ, ਮੈਂ ਕਿਹਾ ਇਹਦੇ 'ਚ ਲੂਣ ਘੱਟ ਆ, ਅੱਧੀ ਰੋਟੀ ਆਪ ਖਾ ਗਿਆ, ਕਹਿੰਦਾ ਲੂਣ ਪੂਰਾ। ਤੇ ਫੇਰ ਕੀ ਹੋਇਆ ਯਾਰ, ਉਹ ਤੇ ਡੰਸੀ ਬੰਦੀ ਸੀ ਖਾ ਗਿਆ। ਬੰਦੋ ਆ ਜਿਹੜੀਆਂ ਤੇਰੇ ਮੱਥੇ ਤੇ ਲਕੀਰਾਂ ਵਾ, ਸਾਰੀਆਂ ਇੱਧਰ ਉੱਧਰ ਹੋ ਜਾਣੀਆਂ ਜਦੋਂ ਮੈਂ ਮੁੱਕੀ ਮਾਰਨੀ ਹੈ। ਤੁਸੀਂ ਆਪਣਾ ਇੱਥੇ ਕੰਮ ਚਲਾਓ, ਇਹ ਮੇਰੇ ਨਾਲ ਨਹੀਂ ਸਿਰਫ ਸਾਰੇ ਲੋਕਾਂ ਨਾਲ ਬਦਤਮੀਜ਼ੀ ਕਰਦਾ। ਹੋਰ ਲਿਆ ਕੌਣ ਆ? ਕੌਣ ਆ ਦੱਸੋ? ਆਏ ਨਹੀਂ, ਉਹ ਚਲੇ ਗਏ ਵਿਚਾਰੇ, ਉਹਨਾਂ ਨੇ ਵੀ ਬਦਤਮੀਜ਼ੀ ਕੀਤੀ। ਚਲੇ ਗਏ ਥਾਰੇ, ਬਿੱਲ ਦੇ ਕੇ ਗਏ ਆ। ਬਿੱਲ ਦੇ ਤੇ ਤੂੰ ਵੀ ਨਿਕਲ, ਸਾਨੂੰ ਗੱਲਾਂ ਨਾ ਸੁਣਾ। ਅੱਛਾ ਮੇਰੀ ਗੱਲ ਸੁਣੋ, ਮੈਂ ਤੁਹਾਡਾ ਪੁਰਾਣਾ ਗਾਹਕ। ਉਹ ਪੁਰਾਣਾ ਗਾਹਕ ਹੀ ਤੈਨੂੰ ਸੰਗ ਲੱਗ ਗਿਆ ਵਾ? ਪੁਰਾਣਾ ਗਾਹਕ ਹੀ ਆਣ ਡਿਆ? ਪੁਰਾਣਾ ਗਾਹਕ ਯਾਰ, ਦੀ ਪੁਰਾਣਾ ਗਾਹਕ ਕਹਿਣ ਡਿਆ? ਪੁਰਾਣਾ ਕੀ ਮਤਲਬ ਦੱਸ, ਤੈਨੂੰ ਜਾਲੇ ਲੱਗੇ ਆ? ਪੁਰਾਣਾ ਕੀ? ਤਮੀਜ਼ ਨਹੀਂ ਹੈ ਕਿ ਤੁਸੀਂ ਕਿਸ ਤਰ੍ਹਾਂ ਕਸਟਮਰ ਨਾਲ ਗੱਲ ਕਰਨੀ? ਉਹ ਤਮੀਜ਼ ਨਹੀਂ, ਉਲਟਾ ਹੀ ਲਾ ਕੇ ਆ ਜਾਵਾਂ ਮੈਂ। ਭਾਈ ਅੱਜ ਤੋਂ ਬਾਅਦ ਮੈਂ ਤੁਹਾਡੇ ਹੋਟਲ ਤੇ ਨਹੀਂ ਆਉਣਾ। ਓਏ ਤੇਰਾ ਤੇ ਪਿਓ ਵੀ ਆਏਗਾ, ਸਾਨੂੰ ਲਿਆਉਣੇ ਆਉਂਦਾ ਵਾ। ਤੂੰ ਤਾਂ ਉੱਡਿਆ ਆਏਗਾ ਦੋਸਤ, ਇੱਕ ਕਾਲ ਤੇ ਭੱਜਿਆ ਆਏਗਾ, ਤੂੰ ਕਿੱਦਾਂ ਨਹੀਂ ਆਉਣਾ? ਤੂੰ ਕਿੱਦਾਂ ਨਹੀਂ ਆਣਾ? ਓਏ ਦੱਸ ਇਹਨੂੰ, ਤੁਹਾਡੇ ਮੈਣੇ ਚ ਫਾਲਟ ਕੱਢਦਾ ਪਿਆ। ਭਾਜੀ ਮੈਂ ਇਕੱਲੇ ਨਾਲ ਨਹੀਂ ਆਉਣਾ, ਨਾਲ ਮੈਂ ਦੋਸਤਾਂ ਨੂੰ ਵੀ ਲੈ ਕੇ ਆਉਣਾ ਤੁਹਾਡੇ ਕੋਲ। ਇਹ ਦੁਕਾਨ ਬਹੁਤ ਅੱਛੀ ਆ। ਇਹ ਅੱਛੀ ਆ, ਸਿਰਫ ਵੇਟਰ ਮਾੜਾ ਵਾ। ਉਹ ਭਾਜੀਆ ਮਾੜਾ ਦਾ ਵੇਟਰ ਨਹੀਂ ਹੈਗਾ, ਮਾੜਾ ਕੀ ਜਾਣਦੇ ਆ। ਲੋ ਤੈਨੂੰ ਕਹਿਣ ਡਿਆ ਈ ਗੱਜੂ। ਭਾਈ ਯਾਰ ਮੈਂ ਨਾ ਤੁਹਾਨੂੰ ਕਿਹਾ ਨਾ ਤੁਹਾਨੂੰ ਕਿਹਾ, ਮੈਂ ਤੁਹਾਨੂੰ ਦੋਨਾਂ ਨੂੰ ਕਿਹਾ ਕਿ ਤੁਸੀਂ ਵੈਰੀ ਗੁੱਡ ਇਨਸਾਨ ਆ। ਉਹ ਜਿਹੜਾ ਕੰਮ ਹੈ ਆਈ ਦੱਸਦੇ, ਮੈਂ ਤੁਹਾਨੂੰ ਕਹਿਣ ਡਿਆ। ਮਿਹਰਬਾਨੀ ਭਾਈ, ਤੁਸੀਂ ਮੈਨੂੰ ਬਹੁਤ ਅੱਛੇ ਲੱਗੇ। ਅੱਛਾ ਨਾ ਗਟਰ ਬੰਦਾ ਸਾਡੀ ਗਲੀ ਦਾ, ਉਹ ਤੈਨੂੰ ਗਟਰ ਸਾਫ਼ ਕਰਨ ਵਾਲਾ ਲੱਗਦਾ ਬੰਦੂ? ਤੈਨੂੰ ਕਹਿਣ ਡਿਆ ਈ। ਨਹੀਂ ਭਾਈ ਜਾਨ, ਮੈਂ ਨਾ ਤੁਹਾਨੂੰ ਕਿਹਾ ਨਾ ਤੁਹਾਨੂੰ ਕਿਹਾ, ਮੈਂ ਤੁਹਾਨੂੰ ਦੋਨਾਂ ਨੂੰ ਕਿਹਾ। ਇਹਦੀ ਲੱਤ 'ਚ ਫੈਰ ਮਾਰ, ਫੈਰ ਮਾਰ, ਬਿੱਲ ਜਾਂਦਾ ਜਾਵੇ ਭਾਜੀ।
ਭਾਈ ਤੁਸੀਂ ਮੁੜ ਕੇ ਬਿੱਲ ਨਹੀਂ ਲੈਣਾ, ਤੁਸੀਂ ਮੇਰੀ ਪੁੜਪੜੀ ਜਿਹਾ ਡਾਕਤੀ। ਸਾਨੂੰ ਲੈਣੇ ਆਉਂਦਾ ਹੀ ਸੋਹਣਿਆ, ਤੇਰੇ ਤੇ ਵੱਡੇ ਵੀ ਬਿੱਲ ਦੇਣਗੇ, ਤੇਰੇ ਬੱਚਿਆਂ ਚੋਂ ਬਰਾਮਦ ਕਰਾਂਗਾ ਬਿੱਲ ਮੈਂ, ਤੇਰੀਆਂ ਮੱਚੀਆਂ ਲਵਾਉਣੀਆਂ ਹੀ। ਬਦੋ ਜਲਦੀ ਕਰ ਰਿਹਾ ਯਾਰ, ਤੇਰੀ ਮਿਹਰਬਾਨੀ ਮੀਟਰ ਘੁੰਮਾਉਂਦੇ ਆ ਜੀ ਆਪਣਾ। ਅੱਛਾ ਭਾਈ ਜਾਨ, ਤੁਸੀਂ ਮੈਨੂੰ ਬਹੁਤ ਅੱਛੇ ਇਨਸਾਨ ਲੱਗੇ ਦੋਨੇ, ਇੱਕ ਛੋਟਾ ਜਿਹਾ ਮੇਰਾ ਕੰਮ ਕਰਦੇ ਹੋ, ਕਿਉਂਕਿ ਤੁਹਾਡੇ ਤੋਂ ਇਲਾਵਾ ਕਰ ਕੋਈ ਨਹੀਂ ਸਕਦਾ। ਦੱਸ ਕਿਹੜਾ ਕੰਮ ਓਏ ਭਾਈ ਜਾਨ? ਚੌਂਕ 'ਚ ਕੁੱਤਾ ਮਰਿਆ ਪਿਆ, 3 ਦਿਨ ਹੋ ਗਏ, ਬਹੁਤ ਆਉਂਦੀ ਹੈ, ਤੁਸੀਂ ਪੂਛ ਤੋਂ ਚੁੱਕ ਕੇ ਜਰਾ ਬਾਈਪਾਸ ਤੇ ਛੱਡ ਕੇ ਆਉਣਾ। ਤਾਂ ਤੈਨੂੰ 1,00,000 ਰੁਪਇਆ ਵੀ ਦੇਵੇ ਆ, ਕੰਮ ਨਾ ਕਰੀ, ਮੈਂ ਤੈਨੂੰ ਕਹਿਣ ਨੇ ਤੈਨੂੰ ਕਹਿਣ ਡਿਆ ਤੈਨੂੰ ਕਿਹਨੂੰ ਗਿਆ ਜੀ? ਨਾ ਭਾਈ ਜਾਨ, ਮੈਂ ਨਾ ਤੁਹਾਨੂੰ ਕਿਹਾ ਨਾ ਤੁਹਾਨੂੰ ਕਿਹਾ, ਮੈਂ ਤੁਹਾਨੂੰ ਦੋਵਾਂ ਨੂੰ ਕਿਹਾ। ₹150 ਖਾ ਗਏ ਨਾ ਤੁਸੀਂ, 3,150 ਬਣਾ ਕੇ ਉੱਤੋਂ ਹੋਰ ਵੀ ਪਾ ਲਿਆ, ਕਿੰਨਾ ਕੁਛ। ਮੇਰੀ ਘੜੀ ਬਹੁਤ ਕੀਮਤੀ ਆ ਭਾਈ ਜਾਨ, ਘੜੀ ਨਾ ਲਾ, ਤੈਨੂੰ ਅਕਲ ਨੀ ਤੇਰੀ ਕੰਮ ਕਰਦੀ, ਮਾੜਾ ਬੰਦਾ ਉਹਦੇ ਘੜੀ ਲਾਉਂਦੇ ਆ। ਅੱਛਾ, ਓਏ ਦੀ ਸ਼ਰਟ ਲਾ। ਓਏ